अमृतसर के गुरु नानक हस्पताल उस वेले हंगामा वेखन नूं मिलिया जदों एंबूलेंस के ड्राइवर ने मरीज लिजाण दे लई 800 रुपए मंग लई। इह वी दस्सिया जांदा है कि मरीज नूं चंडीगढ़ के PGI हस्पताल दे विच रैफर किया गया है। जद मरीज के परिवारक मैंबर ने एंबूलेंस ड्राइवर के नाल गलबात की तो ड्राइवर का कहना सी कि सिर्फ दो लोग जाणगे, जे चार लोगों नूं लिजाणा है तो 800 रुपए लगणगे। तो अजिहे तरीके नाल ड्राइवर दे वल्लों पैसों की मंग की गई तो फिर उस तों बाद हंगामा होना शुरू हो गया। नाल ही जानकारी मिली है कि एंबूलेंस के ड्राइवर वालों पत्रकारों का मोबाइल खो के उन्होंने नाल बदसलूकी करन दे भी दोष लगाए गए ने। इस पूरे मामले नूं लैके मरीज के परिवारक मैंबरों का की कहना सी ਇਹ ਵੀ ਸੁਣੋ। ਭਾਜੀ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਮੈਂ ਮਰੀਜ਼ ਦੇ ਚਾਰ ਬੰਦੇ ਖੜਨੇ ਭਾਜੀ ਆਪਾਂ ਤੇ ਕਹਿੰਦਾ ਸਾਨੂੰ ਪੈਸੇ ਚਾਹੀਦੇ 800 ਤੇ ਤੁਹਾਡੇ ਬੰਦੇ ਆਪਾਂ ਲੈ ਜੂਗੇ ਦੇ ਆਪਾਂ ਤੁਹਾਡੇ ਬੰਦੇ ਲੈ ਜਾਓ ਤੇ ਕਹਿੰਦੇ ਸਾਡੇ ਤਾਂ ਪੁੱਛ ਕੇ ਸੋਣੀ ਕਰੀ ਸਾਨੂੰ ਕੋਈ ਕਰੀ ਪੁੱਛ ਕੇ ਸੋਣੀ ਆ ਤੇ ਇਸ ਕਰਕੇ ਨਾ ਤੁਹਾਨੂੰ 800 ਦੇ ਪੈਸੇ ਦੋਹਾਂ ਨੂੰ ਸਾਡੇ ਬੰਦੇ ਲੈ ਜਾਓ ਆਪਾਂ ਇਹ ਮੜੇ ਬੰਦੇ ਨਹੀਂ ਛੱਡਣਾ ਵੇਖੋ ਭਾਜੀ ਕੀ ਹੋਇਆ ਜੀ ਤੁਹਾਡੇ ਬੰਦਿਆਂ ਨੂੰ ਮਰੀਜ਼ ਜਾ ਚਿਲਾ ਸਾਰੇ ਜਿਆਦਾ ਬੀਪੀ ਵਧਿਆ ਇਹ ਕਹਿੰਦਾ ਸੀ ਨਹੀਂ ਹੋਇਆ ਵਾ ਤੇ ਕਹਿੰਦੇ 800 ਰੁਪਏ ਲੈਣਾ ਸੀ ਮਰੀਜ਼ ਦਾ 800 ਰੁਪਏ ਲੈਣਾ ਵਾ चार बंदी बढ़ा दिए ਮਾਪੇ ਸਾਰੇ ਹੁੰਦੇ ਆ ਅੱਜ ਸਾਡੇ ਵੀ ਕਿੰਨਾ ਟਾਈਮ ਇਹਨਾਂ ਦਾ 3 ਬੰਦੇ ਆਏ ਠੀਕ ਆ ਨਾ ਆੜਾ ਮਰੀਜ਼ ਇੰਨਾ ਤੰਗ ਆ ਚਾਰ ਔਰ ਹਫਤਾ ਹੋ ਗਿਆ ਸਾਨੂੰ ਹੁਣ ਲੈ ਕੇ ਕਿੱਥੇ ਚੱਲੇ ਆਹੀ ਪ੍ਰੀਮੀਅਰ PGI ਚੰਡੀਗੜ੍ਹ ਲੈ ਕੇ ਚੱਲੇ ਭਾਜੀ ਤਾਂ ਭਾਜੀ ਕਿੰਨੀ ਚੁੱਕਣਾ ਚੁੱਕਣਾ ਪਿਆ ਮੁੰਡੇ ਆ ਇਹ ਬੰਦੇ ਚਾਰ ਚਾਹੀਦੇ ਨਾ ਹਜੇ ਕੋਈ ਜਨਾਨੀ ਵੀ ਨਹੀਂ ਲੈ ਕੇ ਜਾਣ ਰਹੇ ਅਸੀਂ ਹਜੇ ਕੋਈ ਜਨਾਨੀ ਵੀ ਨਹੀਂ ਲੈ ਕੇ ਜਾਣ ਇਹ ਆਂਦੇ ਬੰਦੇ ਅਸੀਂ ਦੋ ਖਰਨੇ ਦੋ ਬਸ ਦੋ ਤੋਂ ਵੱਧ ਬੰਦਾ ਕੋਈ ਕਰਨਾ ਨਹੀਂ ਇਹ ਸਿਰਫ ਪੈਸੇ ਦਾ ਪਿਆ ਇੱਕ ਤੋਂ ਨਾ ਪੈਸੇ ਦੋ ਇੱਕ ਨੂੰ ਪੈਸੇ ਦੋ ਚਾਚਾ ਤਾਂ ਆਇਆ ਕੋਈ ਪੈਸੇ ਤੇ ਭਰਾ ਹੀ ਜੰਮੇ ਬੰਦੇ ਕੱਲ ਨੂੰ ਕੁਝ ਕਹਿੰਦੇ ਪੈਸੇ ਦੋ ਭਾਵੇਂ ਚਾਰ ਦਿਨ ਪੰਜ ਬਿਠਾ ਲਓ ਇਹ ਕਿਦਾਂ ਦੀ ਗੱਲ ਯਾਰ बटाले लागे डॉक्टर ने मोहर ला के सब कुछ करके कोशिश की गई तो नजर बचा के भजदा विखाई दिता। जो मामला ठंडा पैंदा ना दिखा तो एंबूलेंस ड्राइवर ने साथी कर्मचारी गलबात करके मरीज उस दे नाल चंडीगढ़ विखे भेज दिता। ਜ਼ਿਕਰਯੋਗ ਹੈ ਕਿ ਜਾਣ ਵੇਲੇ ਐਂਬੂਲੈਂਸ ਡਰਾਈਵਰ ਦੇ ਉੱਤੇ ਇਹ ਵੀ ਦੋਸ਼ ਲਗਾਏ ਗਏ ਨੇ ਕਿ ਉਸਨੇ ਪੱਤਰਕਾਰਾਂ ਦੇ ਉੱਤੇ ਐਂਬੂਲੈਂਸ ਚੜਾਉਣ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।